ਇਸ ਵੇਲੇ ਸਾਡੇ ਨਾਲ ਰੋਪੜ ਦੇ ਵਿਧਾਇਕ ਨੇ ਅਮਰਜੀਤ ਸਿੰਘ ਸੰਦੋਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਦੋਆ ਸਾਹਿਬ, ਵੱਡੀ ਜਿੱਤ ਦੇ ਵੱਲ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਧ ਰਹੇ ਨੇ, ਕਿਵੇਂ ਆਂਕ ਰਹੇ ਹੋ ਜੀ? ਸਭ ਤੋਂ ਪਹਿਲਾਂ ਮੈਂ ਆਨੰਦਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਥੱਲਾ, ਰਾਹੁਲ ਗਾਂਧੀ ਜੀ ਦੀ ਅਗਵਾਈ ਥੱਲਾ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਥੱਲਾ ਅਤੇ ਸਾਡੇ ਰਾਣਾ ਕੇ ਪੀ ਜੀ ਸਾਡੇ ਸਾਡੇ ਸਪੀਕਰ ਦੀ ਅਗਵਾਈ ਥੱਲਾ ਇਲੈਕਸ਼ਨ ਲੜਿਆ ਹੈ ਔਰ ਮਨੀਸ਼ ਤਿਵਾੜੀ ਨੂੰ ਬਹੁਤ ਵੱਡੀ ਲੀਡਰ ਨਾਲ ਜਿਤਾਇਆ ਹੈ। ਸਾਰੇ ਲੋਕਾਂ ਦਾ ਆਨੰਦਪੁਰ ਦੇ ਲੋਕ ਸਭਾ ਹਲਕੇ ਦੇ ਜਿਹੜੇ ਵਾਸੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਨਮਸਤਕ ਕਰਦਾ ਕਿ ਤੁਹਾਡੀ ਵੋਟਾਂ ਸਦਕਾ ਅਸੀਂ ਐਡੀ ਵੱਡੀ ਲੀਡਰ ਨੇ ਜਿੱਤੀ। ਸਰ, ਉੱਪਰ NDA ਦੀ ਸਰਕਾਰ ਬਣ ਰਹੀ ਹੈ, ਫੁੱਲ ਫਲੈਸ਼, ਕਿਵੇਂ ਦੇਖ ਰਹੇ ਹੋ ਸਾਰੀ ਚੀਜ਼ਾਂ ਨੂੰ? ਸਰ, ਮੈਂ ਦੇਖੋ ਅਸੀਂ ਆਪਣੀ ਸੀਟ ਦਾ ਜਾਂ ਪੰਜਾਬ ਦਾ ਰਿਜ਼ਲਟ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨਾਲ ਅਗਵਾਈ ਬੋਲੀ ਹੈ, ਲੋਕਾਂ ਵਿੱਚ ਕੰਮ ਕਰੇ ਹੈ ਤਾਂ ਜਿਹੜਾ ਆਨੰਦਪੁਰ ਪੰਜੂਰਾ ਪੰਜਾਬ 'ਚ ਹੈ ਉਹ ਕਾਂਗਰਸ ਨੂੰ ਵੱਡੀ ਲੀਡ ਨਾਲ ਪੰਜਾਬ ਜਿੱਤ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਥੱਲੇ ਜਿੱਤ ਰਹੀ ਹੈ। ਮੈਂ ਇੰਨਾ ਕੀ ਕਹਿਣਾ ਤੁਹਾਨੂੰ ਦੱਸਦਾ। ਨੰਗਲ ਸੀ, ਨੰਗਲ ਏਰੀਏ 'ਚ ਕਾਂਗਰਸ ਪਿੱਛੇ ਰਹੀ ਹੈ ਜੀ, ਉਹਦਾ ਕਾਰਨ ਕਿਵੇਂ ਆ? CM ਸਾਹਿਬ ਦੀ ਘੁਰਕੀ ਤੋਂ ਬਾਅਦ ਹੁਣ ਕਿਵੇਂ ਦੇਖਦੇ ਹੋ, ਕੀ ਗਾਜ ਡਿੱਗ ਸਕਦੀ ਹੈ ਜਿਹੜੇ ਹਲਕਿਆਂ 'ਚ ਕਾਂਗਰਸ ਪਿੱਛੇ ਰਹੀ ਹੈ? ਦੇਖੋ ਜੀ, ਹਿਮਾਚਲ ਵਿੱਚ 4 ਸੀਟਾਂ BJP ਜਿੱਤ ਗਈ ਹੈ। ਜਿਹੜਾ ਆਨੰਦਪੁਰ ਹਲਕਾ ਹੈ, ਨੰਗਲ ਹਲਕਾ ਹੈ, ਉੱਥੇ ਸਾਰੇ ਲੋਕਾਂ ਦੀ ਰਿਸ਼ਤੇਦਾਰੀ ਆਪਸ ਵਿੱਚ ਹੀ, ਇਸ ਕਰਕੇ ਉਸ ਚੀਜ਼ ਦਾ ਫਰਕ ਪੈ ਗਿਆ ਹੈ। ਜਿਹੜੀ ਵੀ 4 ਸੀਟਾਂ BJP ਹਿਮਾਚਲ ਦਾ ਏਰੀਆ ਲੱਗਦਾ ਸਾਰਾ ਆਨੰਦਪੁਰ ਸਾਹਿਬ ਦੇ ਹਲਕੇ ਦੇ ਨਾਲ, ਉਹ ਫੈਕਟ ਪੈ ਗਿਆ ਉੱਥੇ। ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਲੀਡ ਕਰ ਰਹੀ ਹੈ, ਕਿਵੇਂ ਦੇਖ ਰਹੇ ਹੋ ਜੀ? ਕਾਫੀ ਅੱਛਾ ਮਾਰਜਨ ਦੇ ਨਾਲ ਜਾ ਰਹੀ ਹੈ ਅਤੇ ਜਿੱਤ ਲਗਭਗ ਨੇੜੇ ਹੈ ਜੀ, ਪੰਜਾਬ ਦੇ ਵਿੱਚ ਵੀ ਕਾਫੀ ਸੀਟ ਆ ਰਹੀ ਹੈ, ਕਿਵੇਂ? ਦੇਖੋ, ਇਹਦਾ ਸਾਰਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਲੀਡਰਸ਼ਿਪ ਨੂੰ ਜਾਂਦਾ ਕਿ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਪਛਾਣਿਆ, ਸਮਝਿਆ ਔਰ ਯੋਗ ਅਗਵਾਈ ਦਿੱਤੀ। ਹੌਸਲਾ ਔਰ ਜਨੂਨ ਕੁਛ ਨਹੀਂ ਹੈ ਅਗਰ ਨਾ ਹੋ ਕਾਬਲੀਅਤ, ਇਸੀ ਕਾਬਲੀਅਤ ਕੋ ਜਾਂਚ ਪਰਖ ਕਰ ਦੇਸ਼ ਕੇ 160 ਪਲੇਅਰਸ ਜੁੜ ਗਏ ਹੈ IPKL ਕੇ ਸਾਥ ਆਪਣੇ ਜੌਹਰ ਦਿਖਾਣੇ। ਜਬ ਸ਼ੁਰੂਆਤ ਇਤਨੀ ਮਜ਼ਬੂਤ ਹੋਗੀ ਤੋ ਅੰਜਾਮ ਤੋ ਯਾਦਗਾਰ ਹੋਗਾ, ਇਸ ਲਈ ਅਬ ਯੇ ਖੇਲ ਬਦਲੇਗਾ। 13 ਮੇ ਸੇ ਦੇਖੀਏ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9553